ए आकाशवाणी जम्मू है सन्या खबरें तुंदा स्वागत पहले खास खास खबरें करने में जगमोहन शर्मा राष्ट्र अज सशस्त्र बल साप का सैनिक दिवस मना कर है इस मौके प्रमुख रक्षा अध्यक्ष ते त्रोने सेना प्रमुखें नमी दिल्ली स्थित तो राष्ट्रीय युद्ध स्मारक पर पुष्पांजलि भेंट की थी रक्षा मंत्री राजनाथ सिंह होने आख्या है जे सीमाएं दे सुरक्षित होने कन्ने गै देशा विकास देश मुमकिन है विदेश मंत्री एस जयशंकर जो भारत ग्लोबल साउथ की आवज तवाइयों के करने लिये अपने जत्ने इसी साबित करोग कर विज्ञान टेक्नोलॉजी मंत्री डॉ जितेंद्र सिंह और अज नमी दिल्ली च नमियों काडें स्टार्ट की बढ़ावा देने जियो स्पैशल हैकाथॉन की शुरुआत की थी खबरें करने पूनम डोगरा राष्ट्र आज अ सशस्त्र बल साबका सैनिक दिवस मना करता है ਪ੍ਰਮੁੱਖ ਰੱਖਿਆ ਅਧਿਕਸ਼ ਲੈਫਟੀਨੈਂਟ ਜਨਰਲ ਅਨਿਲ ਚੋਹਾਨ ਤੇ ਤਰੋਨੇ ਸੈਨਾ ਦੇ ਪ੍ਰਮੁੱਖ ਹੈ ਅੱਜ ਨਵੀਂ ਦਿੱਲੀ ਸਥਿਤ ਰਾਸ਼ਟਰੀ ਸਮਾਰਕ ਪਰ ਪੁਸ਼ਪਾਂਜਲੀ ਭੇਂਟ ਕੀਤੀ ਇਹ ਕਾਰਜਕ੍ਰਮ ਦੇਸ਼ਾਂ ਦੀਆਂ ਨੌ ਬਾਕਬਕ ਥਾਰਾਂ ਪਰ ਮਨਾਇਆ ਜਾਂਦਾ ਹੈ ਜਿੰਦੇ ਚ ਜੁੰਜੂਨੂ ਜਲੰਧਰ ਪਾਨਾਗੜ ਨਵੀਂ ਦਿੱਲੀ ਦੇਹਰਾਦੂਨ ਚੇਨਈ ਚੰਡੀਗੜ੍ਹ ਭੁਵਨੇਸ਼ਵਰ ਤੇ ਮੁੰਬਈ ਸ਼ਾਮਲ ਨਾ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੇ ਆਖਿਆ ਜੇ ਦੇਸ਼ਾਂ ਚ ਵਿਕਾਸ ਹੋਆ ਕਰਦਾ ਕਿ ਜੇ ਦੇਸ਼ਾਂ ਦੇ ਬੰਨੇ ਸੁਰੱਖਿਤ ਨਾ ਸਿੰਘੂ ਨੇ ਜਵਾਨੇ ਦੀ ਸਰਾਨਾ ਕਰਦੇ ਹੋਏ ਆਖਿਆ ਜਿਸ ਲਈ ਵੀ ਸਾਡੇ ਦੇਸ਼ ਹੈ ਕਿ ਲੋੜ ਪਈ ਤਾਂ ਉਤਰਾਖੰਡ ਦੇ ਦਲੇਰ ਜਵਾਨੇ ਦੇਸ਼ ਦੀ ਏਕਤਾ ਅੰਖੜਤ ਦਾ ਤੇ ਸੰਪ੍ਰਭੂਤਾ ਦੀ ਰਾਖੀ ਲਈ ਬੜੀ ਮਤੀ ਦਲੇਰੀ ਦਾ ਪ੍ਰਦਰਸ਼ਨ ਕੀਤਾ ਉਹਨੇ ਆਖਿਆ ਜੇ ਇਹ ਸਰਕਾਰਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਉਹ ਵਰਿਸ਼ਟ ਸੈਨਿਕੇ ਦੇ ਕਲਿਆਣ ਤੇ ਸੰਦੋਖ ਦੀ ਯਕੀਨੀ ਬਣਾਣ ਤੇ ਸਰਕਾਰ ਨੇ ਇਸ ਦਿਸ਼ਾ 'ਚ ਕਈ ਗੈਂ ਪੁੱਟੀਆਂ ਵੀ ਹਨ ਸਿੰਘੋ ਦਹਿਰਾਦੂਨ 'ਚ 7ਵੇਂ ਸਸ਼ਸਤਰ ਬਲ ਸਾਬਕਾ ਸੈਨਿਕ ਦਿਵਸ ਸਮਾਰੋਹ ਦੀ ਸੰਬੋਧਿਤ ਕਰਾ ਕਰਦੇ ਹੈ ਉਨੇ ਆਖਿਆ ਜੇ ਸਾਬਕਾ ਫੌਜੀਆਂ ਦੇ ਕਲਿਆਣ ਲਈ ਉਹਦੇ ਮੰਤਰਾਲੇ ਚ ਇੱਕ ਪੂਰੀ ਚਾਲੀ ਸਮਰਪਿਤ ਮਕਮਾ ਮੌਜੂਦ ਹੈ ਰੱਖਿਆ ਮੰਤਰੀ ਹੋਰੇ ਆਖਿਆ ਜੇ ਸਾਬਕਾ ਫੌਜੀਏਂ ਕੀ ਪੈਨਸ਼ਨ ਮੈਡੀਕਲ ਤੇ ਹੋਰ ਦੁਨੀਆਂ ਸੁਵਿਧਾ ਦਈਏ ਰਾਸ਼ਟਰ ਉਹਦੇ ਪ੍ਰਤੀ ਆਪਣਾ ਆਭਾਰ ਵਿਅਕਤ ਕਰਾ ਕਰਦਾ ਉਨੇ ਆਖਿਆ ਜੇ ਜਿਸਲੇ ਵੀ ਉਦੇਸ਼ਾ ਦੇ ਜਵਾਨੇ ਕਰਨੇ ਮਿਲਦੇ ਨਾ ਤਾਂ ਉਹ ਜਵਾਨੇ ਅੱਗੇ ਨਤਮਸਤਕ ਹੋ ਜਾਂਦੇ ਨਾ ਰਾਜਨਾਥ ਸਿੰਘ ਉਹ ਰੇਂਗ ਲਾਇਆ ਜਿਸ ਸਾਪਕਾ ਫੌਜੀ ਹੈ ਦੇਸ਼ਾ ਦੇ ਬੰਨੇ ਦੀ ਹਿਫਾਜ਼ਤ ਕੀਤੀ ਹੈ ਤੇ ਦੇਸ਼ਾ ਦੀ ਇਕਤਾ ਤੇ ਅਖੰਡਤਾ ਕੇ ਬਰਕਰਾਰ ਰੱਖਿਆ ਇਹਦੇ ਸ਼ਾਂ ਪਹਿਲੇ ਰਾਜਨਾਥ ਸਿੰਘ ਤੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮਿਓਰੇ ਦਹਰਾਦੂਨ ਚ ਸ਼ੋर्य ਸਥਲ ਯੁੱਧ ਸਮਾਰਕ ਜਾਈਏ ਦੇਸ਼ਾ ਲਈ ਸਰਵੋੱਚ ਬਲੀਦਾਨ ਦੇਣ ਵਾਲੇ ਸ਼ੀ ਦੇਗੀ ਸ਼ਰਧਾਂਜਲੀ ਅਰਪਿਤ ਕੀਤੀ ਅੱਜ 7ਵੇਂ ਸਿਸ਼ਸਤਰ ਬਲ ਸਾਪਕਾ ਸੈਨਿਕ ਦਿਵਸ ਦੇ ਮੌਕੇ ਪਰ ਪ੍ਰਮੁੱਖ ਰੱਖਿਆ ਅਧਿਖਸ਼ अनिल चौहान ਤੇ ਤਰੋਨ ਨੇ ਸਨਾਇ ਦੇ ਪ੍ਰਮੁੱਖ ਹੈ ਨਮੀ ਦਿੱਲੀ ਸਥਿਤ ਰਾਸ਼ਟਰੀ ਸਮਾਰਕ ਉੱਪਰ ਪੁਸ਼ਪਾਂਜਲੀ ਅਰਪਿਤ ਕੀਤੀ ਇਸ ਮੌਕੇ ਉੱਪਰ ਉਹਨੇ ਰਾਸ਼ਟਰ ਦੇ ਨਿਰਮਾਣ ਚ ਤਰੋਨ ਨੇ ਸਨਾਇ ਦੇ ਨੀ ਸਵਾਰ ਸੇਵਾ ਬਾਰੇ ਵੀ ਗੱਲਬਾਤ ਕੀਤੀ ਇਸ ਮੌਕੇ ਉੱਪਰ ਸਨਮਾਨ ਮੈਗਜ਼ੀਨ ਦਾ ਵਿਮੋਚਨ ਵੀ ਕੀਤਾ ਗਿਆ ਭਾਰਤੀ ਵੈਸਾਨਾ ਨੇ ਵੀ ਇਸ ਮੌਕੇ ਵਾਯੂ ਸੰਬੋਧਨ ਨਾਂ ਦੀ ਮੈਗਜ਼ੀਨ ਦਾ ਵਿਮੋਚਨ ਕੀਤਾ ਇਸ ਅਫਸਰ ਉੱਪਰ ਬੋਲਦੇ ਹੋਏ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ ਹੋਰ ਇੰਗਲਾਇਆ ਜੇ ਦੇਸ਼ ਸੈਨਾ ਦੇ ਸਾਬਕਾ ਫੌਜੀਆਂ ਦੇ ਯੋਗਦਾਨ ਕੀ ਕਦੇ ਨਹੀਂ ਭੁੱਲ ਸਕਦਾ ਉਨੇਗਲਾਜੇ ਸਾਨਾ ਨੇ ਰੇਲਵੇ ਮੈਟਰੋ ਤੇ ਹੋਰ ਦੂਏ ਵਪਾਰ ਕਰਾਣੇ ਕਨੇ ਸਮਤੀ ਪੱਤਰੇ ਉਪਰ ਦਸਤਖਤ ਕੀਤੇ ਨਾ ਤਾਂ ਜੋ ਰਿਟਾਇਰਮੈਂਟ ਦੇ ਮਗਰਾ ਸਾਬਕਾ ਫੌਜੀਏ ਕੀ ਨੌਕਰੀ ਦੇ ਮੌਕੇ ਉਪਲਬਧ ਹੋਈ ਸਕਣ। ਉਨੇਗਲਾਜੇ ਸਾਨਾ ਹੁਨੇ ਹਸਪਤਾਲਾਂ ਦਾ ਵਾਦਾ ਕਰਨੇ ਬਾਰੇ ਯੋਜਨਾ ਬਣਾ ਕਰਦੀ ਹੈ ਜਿੱਥੇ ਸਾਬਕਾ ਫੌਜੀ ਆਪਣਾ ਇਲਾਜ ਕਰਾਈ ਸਕਣ। ਵਾਇੋਸਾਨਾ ਪ੍ਰਮੁਖ ਬੀ ਆਰ ਚੋਧਰੀ ਉਰੇਗਲਾਜੇ ਅੱਜ ਦਾ ਤਿਆੜਾ ਬੜਾ ਖਾਸ ਹੈ ਕਿ ਜੇ ਅੱਜ ਦੇਸ਼ ਮੁਲਕ ਲਈ ਬਲੀਦਾਨ ਦੇਣ ਵਾਲੇ ਸਾਬਕਾ ਫੌਜੀਏਂ ਕੀ ਚੇਤਾ ਕਰਾ ਕਰਦਾ ਹੈ। ਦੇ ਰਾਸ਼ਟਰ ਉੰਦੇ ਅਨਮੁੱਲੇ ਯੋਗਦਾਨ ਕੇ ਕਦੇ ਨਹੀਂ ਪੁੱਲੀ ਸਕ ਗ ਨੌ ਸੈਨਾ ਪ੍ਰਮੁਖ ਐਡਮਿਨਲ ਆਰ ਹਰੀ ਕੁਮਾਰੋ ਰ ਵੀ ਇਸ ਮੌਕੇ ਉਪਰ ਉਥੇ ਮੌਜੂਦ ਹੈ ਬੰਗਲੌਰੂ ਚ ਆਂਦੇ ਐਤਵਾਰੇ 75ਵਾਂ ਸੈਨਾ ਦਿਵਸ ਮਨਾਇਆ ਜਾਗ ਇਹ ਪਹਿਲੀ ਵਾਰੀ ਹੋ ਰਹਾ ਹੈ ਜੇ ਇਸ ਅਮਰੋਚ ਰਾਸ਼ਟਰ ਰਾਜਧਾਨੀ ਦੇ ਬਾਰੇ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਅਮਰੋਚ ਸੈਨਾ ਪ੍ਰਮੁਖ ਜਨਰਲ ਮਨੋਜ ਪਾਂਡਿਓਰ ਮਦਰਾਸ ਇੰਜੀਨੀਅਰਿੰਗ ਗਰੁੱਪ ਯੁੱਧ ਸਮਾਰਕ ਉਪਰ ਫੁੱਲਾਂ ਦਾ ਚੱਕਰ ਅਰਪਤ ਕਰਨਨ ਤੇ ਸੈਨਾ ਦੀ ਪ੍ਰੇਡ ਦੇ ਇਸਲਾ ਮਿਲੰਗਨਨ ਇਸ ਮੌਕੇ ਉੱਪਰ ਸਾਨਾ ਪ੍ਰਮੁਖ ਔਰ ਬਾਦਰੀ ਤੇ ਬલિદાન ਦੀ ਮਿਸਾਲ ਪੇਸ਼ ਕਰਨ ਵਾਲੇਗੀ ਬਾਦਰੀ ਤੇ ਪੁਰਸਕਾਰਾਂ ਕਨੇ ਸਨਮਾਨਿਤ ਵੀ ਕਰੰਗਾ। ਇਸ ਮੌਕੇ ਉੱਪਰ ਧਰੂਪ ਤੇ ਰੁਦਰ ਹੈਲੀਕਾਪਟਰ ਆਸਿਆ ਫਲਾਈਪਾਸ ਦਾ ਪ੍ਰਦਰਸ਼ਨ ਵੀ ਕੀਤਾ ਜਾਗ। ਇਹਦੇ ਇਲਾਵਾ ਸਮਰੋਚ ਬੱਕ ਬੱਕ ਹਥਿਆਰਾਂ ਦੇ ਚਲਕ ਵੀ ਪੇਸ਼ ਕੀਤੀ ਜਾਗ। 15 ਜਨਵਰੀ ਦੀ ਸੰਜਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੇ ਔਰ ਐਸਸੀ ਕੇਂਦਰ ਚ ਪ੍ਰਮੁਖ ਪ੍ਰੋਨੇ ਦੇ ਦੌਰਾ ਪਰ ਉਥੇ ਮੌਜੂਦ ਰੰਗਾ। ਇਸ ਸਮਾਰੋਹ ਚ ਸੈਨਾ ਦੇ ਜਵਾਨ ਆਪਣੇ ਪੱਖ ਪੱਖ ਉਨਰੇ ਦਾ ਪ੍ਰਦਰਸ਼ਨ ਵੀ ਕਰਨਗੇ ਯੁਵਾਏ ਕੀ ਅਗਨੀਪਥ ਯੋਜਨਾਏ ਰਾਏ ਫੌਜ ਦਾ ਇਸਾ ਬਣਾਣੇ ਲਈ ਪ੍ਰੇਰਿਤ ਕਰਨੇ ਕਿਤੇ ਭਾਰਤੀ ਫੌਜ ਪਾਸਿਆ ਕਲ ਡੋਡਾ ਚ ਲਿਖਤ ਮਤਿਆਨ ਆਲਾ ਇੱਕ ਅਭਿਆਸ ਕਰਾਇਆ ਗਿਆ ਜਿਹਦੇ ਚ ਖਰੀ ਮਤੀ ਗਿੰਤਰੀ ਚ ਨੌਜਵਾਨ ਨੇ ਇਸਾ ਲਤਾ ਅਗਨੀਵੀਰ ਯੋਜਨਾ ਤਹਿਤ ਚਾਰ ਬਰੇ ਤੱਕਰ ਫੌਜ ਦਾ ਹਿੱਸਾ ਬਣੀਏ ਦੇਸ਼ ਦੀ ਸੇਵਾ ਕਰਨੇ ਪ੍ਰੰਤ ਨੌਜਵਾਨ ਸਿਵਲ ਸਮਾਜਕ ਨੇ ਜੁੜੀਏ ਰਾਸ਼ਟਰੀ ਨਿਰਮਾਣ ਵਾਲੀ ਪ੍ਰਕਿਰਿਆ ਚ ਅਨਮੋਲ ਯੋਗਦਾਨ ਦੇ ਸਕਦੇ ਨਾ ਪਾੜੀ ਜ਼ਿਲੇ ਡੋਡਾ ਦੇ ਨੌਜਵਾਨਾਂ ਦਾ ਦਿਲਬਾਦ ਨੇ ਤੇ ਫੌਜ ਤੇ ਆਮ ਲੋਕਾਂ ਵਿੱਚਕਾਰ ਸਰਬੰਧ ਹੋਰ ਤਗੜੇ ਬਣਾਉਣ ਲਈ ਇਹ ਪਾਰ ਦੀ ਫੌਜ ਪਾਸੇ ਆ ਪੁੱਟੀਗੇ ਦੀ ਇੱਕ ਖਰੀ ਗਾ ਪ੍ਰਤੀਭਾਗੀ ਇਸ ਪਾਲ ਕਦਮੀ ਪਰ ਖੁਸ਼ੀ ਜਾਰ ਕਰਦੀ ਹੋਈ ਏ ਮੇਰ ਬੀਬੂ ਜੀ ਜੇ ਪਬਿਕ ਚ ਇਸ ਕਿਸਮ ਦੀਆਂ ਔਰ ਪੈਲਕਦਮੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ ਨਾ ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂ ਪ੍ਰਾਂ ਸੁਣਾ ਰਹੇ ਹੋ ਔਨ ਬਾਕੀ ਦੀ ਖਬਰਾਂ ਕਰਨੇ ਜਗਮੋਹਨ ਸ਼ਰਮਾ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਹੋਰੀ ਆਖੇ ਜੇ ਭਾਰਤ ਤੇ ਗਲੋਬਲ ਸਾਊਥ ਦਾ ਨਾ ਛੜਾ ਸਾਂਝਾ ਭਵਿੱਖ ਹੈ ਸਗੋਂ ਸਾਂਝਾ ਅਤੀਤ ਵੀ ਹੈ ਉਹਨੇ ਆਖਿਆ ਜੇ ਭਾਰਤ ਤੇ ਗਲੋਬਲ ਸਾਊਥ ਆਪਣੀ ਵੈਸ਼ਿਕ ਅਤੀਤ ਦਾ ਪਾਰ ਚੱਲਾ ਕਰਦੇ ਨੇ ਤੇ ਕੰਨੇ ਮੌਜੂਦਾ ਵਿਸ਼ਵ ਵਿਵਸਥਾ ਦੇ ਕਾਰਨ ਫਰਕੋ ਫਰਕੀ ਦਾ ਸਾਹਮਣਾ ਵੀ ਕਰਾ ਕਰਦੇ ਨੇ ਉਹ ਵਿਕਾਸਸ਼ੀਲ ਮੁਲਕਾਂ ਦੇ ਸ਼ਿਖਰ ਸੰਮੇਲਨ ਦੀ ਵੌਇਸ ਜੀ 20 ਸਤਰ ਚ ਵਿਦੇਸ਼ ਮੰਤਰੀ ਕੀ ਵਰਚੁਅਲ ਟੰਗ ਨੇ ਸੰਬੋਧਿਤ ਕਰਾਰਦੇ ਹੈ ਡਾਕਟਰ ਜੈ ਸ਼ੰਕਰ ਹੋਰੀ ਆਖਿਆ ਜੀ 20 ਦੇ ਅਧਿਆਕਸ਼ਤਾ ਦੇ ਦੌਰਾਨ ਭਾਰਤ ਇੱਕ ऐसी कार्यसूची तैयार करे कमजोर जनसंख्या के विकेंद्रीकरण पर विशेष ध्यान दमें वैश्वीकरण की तरजीह दारत दुनिया च नमे, नमे मौके त अगड़े बदने रुकावटें की दूर करने पर भी, भी विशेष ध्यान दि ਸਾਇੰਸ ਤੇ ਟੈਕਨੋਲੋਜੀ ਮੰਤਰੀ ਡਾਕਟਰ ਜਿਤਿੰਦਰ ਸਿੰਘ ਹੋਰੇ ਨਮੀਏ ਕਾਰਡੇ ਤੇ ਸਟਾਰਟਅਪਸ ਕੀ ਬੜਾਵਾ ਦੇਣੇ ਲਈ ਜੀਓ ਸਪੈਸ਼ੀਅਲ ਹੈਕਾਥਨ ਦੀ ਅੱਜ ਨਵੀਂ ਦਿੱਲੀ ਚ ਸ਼ੁਰੂਆਤ ਕੀਤੀ ਇਸ ਮੌਕੇ ਬੋਲਦੀ ਹੋਈ ਡਾਕਟਰ ਜਿਤਿੰਦਰ ਸਿੰਘ ਹੋਰੇ ਆਖਿਆ ਜੇ ਇਸ ਹੈਕਾਥਨ ਦਾ ਮਕਸਦ ਨਾ ਛੜਾ ਸਰਕਾਰੀ ਨਿੱਜੀ ਤੇ ਸਾਰਵਜਨਿਕ ਖੇਤਰ ਚ ਪਿਆਲੀ ਕੀ ਮਜ਼ਬੂਤੀ ਦੇਣਾ ਹੈ ਸਗਵਾ ਮੁਲਕਾਂ ਚ ਜੀਓ ਸਪੈਸ਼ੀਅਲ ਸਟਾਰਟਅਪ ਪਲੇ ਸਾਸਗਰ ਮੌਲ ਤੇ ਮੌਕੇ ਉਪਲਬਧ ਕਰਵਾਉਣਾ ਵੀ ਹੈ ਉਹਨੇ ਆਖਿਆ ਜਿਸ ਖੇਤਰ ਚ ਦੋ ਪ੍ਰਮੁੱਖ ਚੁਣੌਤੀਆਂ ਜਿੰਦੇ ਚ ਇੱਕ ਅਨੁਸੰਧਾਨ ਸਰਬੰਧੀ ਤੇ ਦੂਈ ਸਟਾਰਟਅਪ ਸਰਬੰਧੀ ਚੁਣੌਤੀ ਸ਼ਾਮਿਲ ਹੈ ਤੇ ਸਭ ਨੇ ਖੇਤਰੇ ਕੀ ਬਰਾਬਰ ਮੌਕੇ ਉਪਲਬਧ ਕਰਵਾਈਏ ਇਹਨਾਂ ਚੁਣੌਤੀਆਂ ਕੀ ਪਾਰ ਕੀਤਾ ਜਾ ਸਕਦਾ ਉਹਨੇ ਆਖਿਆ ਜੇ 2020 ਚ ਅੰਤਰਿਕ ਖੇਤਰ ਕੀ ਨਿੱਜੀ ਤੇ ਸਾਰਜਨਿਕ ਖੇਤਰ ਲਈ ਖੋਲਨੇ ਦੇ ਬਾਅਦ ਪ੍ਰਧਾਨ ਮੰਤਰੀ ਇਸ ਖੇਤਰ ਕੀ ਹੋਰ ਨਮੀਆਂ ਉਚਾਈਆਂ ਤੇ ਉਪਲਬਧੀਆਂ ਤੱਕ ਲੈ ਜਾੰਗਣ ਪ੍ਰਤਿਸ਼ਠਿਤ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਉੱਚੀ ਸਤਦਾ ਅਮਰੀਕੀ ਸਿਸ਼ਟ ਮੰਡਲ ਪ੍ਰਧਾਨ ਮੰਤਰੀ ਦੇ ਦਫ਼ਤਰ ਅਚੇ ਰਾਜ ਮੰਤਰੀ ਡਾਕਟਰ ਜੀਤਿੰਦਰ ਸਿੰਘ ਹੋਰੇ ਦੀ ਮੀਟਿੰਗ ਤੇ ਕਈ ਵੱਖ-ਵੱਖ ਵਿਸ਼ਿਆਂ 'ਤੇ ਸਲਾਹ-ਸੁਤਰ ਕੀਤਾ ਜਿੰਦੇ ਸਾਈਬਰ ਸੁਰੱਖਿਆ ਮਸ਼ਨੂਈ ਸੂਜਬੂਜ ਕੁਆਂਟਮ ਸੈਮੀਕੰਡਕਟਰ ਐਸਟ੍ਰੋਫਿਜ਼ਿਕਸ ਦੇ ਰੱਖਸ਼ਾ ਖੇਤਰ ਦੇ ਵੱਖ-ਵੱਖ ਪਹਿਲੂ ਸ਼ਾਮਲ ਨ ਅਮਰੀਕੀ ਸਿਸ਼ਟ ਮੰਡਲ ਦੇ ਅਧਿਖ ਡਾਕਟਰ ਸੇਦੂ ਰਮਨ ਪੰਚਨਾਥ ਜਿਹੜੇ ਅਮਰੀਕਾ ਦੀ ਰਾਸ਼ਟਰੀ ਸਾਇੰਸ ਫਾਊਂਡੇਸ਼ਨ ਦੇ ਡਾਇਰੈਕਟਰ ਬੀ ਹਨ ਔਰ ਇਹ ਮੰਤੂਨ ਨੇ ਵਾਅਦਾ ਕੀਤਾ ਜੇ ਭਾਰਤ ਕੰਨੇ ਸਹਿਯੋਗੀ ਔਰ ਅਗੜਾ ਲੈ ਜਾੰਗਣ। ਉਹਨਿਆਖਰ ਭਾਰਤ ਦੇ ਵਿਗਿਆਨ ਮੰਤਰੀ ਕਨੇ ਪਿਛਲੇ 3 ਮਹੀਨੇ ਦੌਰਾਨ ਤਰੇ ਬੈਠਕਾਂ ਲਗਣਾ ਵੀ ਇਸ ਗੱਲ ਦਾ ਸਬੂਤ ਹੈ ਜੋ ਦੋਨੇ ਬੁਸ਼ਕਾਰ ਕਿੱਥੇ ਰਲ ਕੇ ਕੰਮ ਕਰਨੇ ਤੇ ਇੱਕ ਦੂਏ ਕੀ ਸਹਿਯੋਗ ਦੇਣ ਦੀ ਨਿਸ਼ਠਾ ਕਿੰਨੀ ਪੱਕੀ ਹੈ। ਡਾਕਟਰ ਜਤਿੰਦਰ ਸਿੰਘ ਹੁਰੀ ਆਖਿਆ ਜੋ ਪ੍ਰਧਾਨ ਮੰਤਰੀ ਮੋਦੀ ਹੁੰਦੀ ਦੂਰ ਦੀ ਸੋਚ ਨੇ ਵਿਗਿਆਨ ਤੇ ਅੰਤਰਿਕਸ਼ਿਕ ਖੇਤਰ ਜੁ ਵੀ ਸਹਿਯੋਗ ਦੇ ਨਵੇਂ ਰਸਤੇ ਖੋਲਣ ਸਮਾਜ ਕਲਿਆਣ ਮਹਿਕਮੇ ਦੀ ਕਮਿਸ਼ਨਰ ਸੈਕਟਰੀ ਸ਼ੀਤਲ ਨੰਦਾ ਹੋਰੇ ਅੱਜ ਆਰਐਸਪੁਰਾ ਦੇ ਬਨੋਟਾ ਗ੍ਰਾਂਟ ਚ ਇੱਕ ਆਦਰਸ਼ ਸਮੁਦਾਇਕ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਵਿਸ਼ੇਸ਼ ਕੇਂਦਰ ਸਹਾਇਤਾ ਕਰਨੇ ਪੱਟੀ ਦਰਜ ਜਾਤੀਆਂ ਲਈ ਉਪ ਯੋਜਨਾ ਤਹਿਤ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਯੋਦੇ ਯੋਜਨਾ ਜਿਸੀ ਪੀਐਮ ਅਜੇ ਨਾ ਕਰਨੇ ਵੀ ਜਾਣਿਆ ਜਾਂਦਾ ਹੈ ਤੇ ਤਹਿਤ ਈ ਗਵਰਨੈਂਸ ਸਰਵਿਸਿੰਗ ਇੰਡੀਆ ਲਿਮਿਟਿਡ ਆਸਿਆ ਇਸ ਚਾਲੀ ਦੇ 162 ਸਮੁਦਾਇਕ ਸੁਵਿਧਾ ਕੇਂਦਰ ਬਣਾਉਣ ਦਾ ਕਾਰਜਕ੍ਰਮ ਹੈ ਜਿੰਦੇ 33 ਸਮੁਦਾਇਕ ਹਾਲ ਪੈਲਿੰਗ ਹੈ ਬਣਾਇ ਲੱਤੇ ਕੀ ਦਿਨ ਇਸ ਪੈਲ ਦੇ ਪਿੱਛੇ ਦਾ ਉਦੇਸ਼ ਇਹਨਾਂ ਇਲਾਕਿਆਂ 'ਚ ਲੋਕਾਂ 'ਦੀ ਸਰਕਾਰ ਦੀਆਂ ਸਕੀਮਾਂ ਦੇ علاوہ ਹੋਰ ਦੁਨੀਆਂਈ ਸੁਵਿਧਾਵਾਂ ਦੇ ਕਰੇ ਕਾਸ਼ ਉਪਲਬਧ ਕਰਵਾਉਣਾ ਜਿੰਦੇ 'ਚ ਬੈਂਕ 'ਚ ਪੈਸੇ ਜਮਾ ਕਰਾਣੇ ਜਾਂ ਕਢਾਣੇ ਕੋ ਲਈਏ ਇੰਸ਼ੋਰੈਂਸ ਪੈਨਸ਼ਨ ਰੇਲ ਬੱਸ ਆਵਾਇ ਟਿਕਟਾਂ ਬੁੱਕ ਕਰਾਣੇ ਜ ਨਹੀਂ ਹੈ ਸੁਵਿਧਾਏ ਕਰਨੇ ਹੋਣੇ ਕੀ ਵਾਕਿਫ ਕਰਾਣਾ ਤੇ ਇਹਦੀ ਸੁਵਿਧਾ ਉਪਲਬਧ ਕਰਵਾਉਣਾ ਸ਼ਾਮਲ ਹੈ ਸਮੂਲ ਚ ਮੁਲਖਾ ਜਾਜ ਮਕਰ ਸਕ੍ਰਾਂਤੀ ਦਾ ਤਿਆਰ ਮਤੇ ਉਚਾਤ ਧਾਰਮਿਕ ਸ਼ਰਧਾ ਕਰਨੇ ਮਨਾਇਆ ਜਾਂਦਾ ਹੈ ਇਹ ਤਿਆੜਾ ਸੂਰਜ ਦੇਵਤਾ ਕੇ ਸਮਰਪਿਤ ਹੁੰਦਾ ਹੈ ਇਸ ਦਿਨ ਸੂਰਜ ਤੁਨ ਰਾਸ਼ੀ ਥਾਮਾ ਮਕਰ ਰਾਸ਼ੀ ਚ ਦਾਖਲ ਹੁੰਦੇ ਨੇ ਮਕਰ ਸਕ੍ਰਾਂਤੀ ਕੀ ਉਤਰਾਇਨ ਨਾ ਕਰਨੇ ਬਿਚਾਨਿਆ ਜਾਂਦਾ ਹੈ ਜਿਹਦਾ ਮਤਲਬ ਹੈ ਜੇ ਸੂਰਜ ਦੀ ਗਤੀ ਦਾ ਉੱਤਰੀ ਪੱਖਿਓਣਾ ਇਹਦੇ ਮਗਰ ਠੰਡੂ ਦਾ ਪਰਕੋਪ ਵੀ ਕਾਟੋਣਾ ਸ਼ੁਰੂ ਹੋ ਹੀ ਜਾਂਦਾ ਹੈ ਮਕਰ ਸੰਕ੍ਰਾਂਤੀ ਦੇ ਤਿਆਰਗੀ ਦੇਸ਼ਾ ਦੇ ਬਖ-ਬਖ ਇਸ ਸੇਂਚ ਬਖ-ਬਖ ਨਾਇ ਕਰਨੇ ਜਾਣਿਆ ਜਾਂਦਾ ਹੈ ਕਰਨਾਟਕ ਵਿੱਚ ਪੋਂਗਲ ਪੰਜਾਬ ਵਿੱਚ ਲੋੜੀ ਤੇ ਔਰ ਦੁਈਏ ਥਾਰੇ ਉਤਰਾਇਨ ਮਾਘੀ ਤੇ ਖਿਚੜੀ ਨਾਕਨੇ ਵੀ ਜਾਣਿਆ ਜਾਂਦਾ ਹੈ ਪ੍ਰਧਾਨ ਮੰਤਰੀ ਤਰਿੰਦ ਮੋਦੀਓਰੇ ਅੱਜ ਦੇਸ਼ਾ ਦੇ ਲੋਕਾਂ ਕੀ ਮਕਰ ਸੰਕ੍ਰਾਂਤੀ ਦੀਆਂ ਮੁਬਾਰਕ ਬਾਦ ਦਿੱਤੀ ਹੈ ਤੇ ਸਭ ਨੇ ਲਈ ਸੁਖ ਸ਼ਾਂਤੀ खुशहाली ते तरक्की की कामना की है उन्हें गलाया जे यह त्यौहार सबने के जीवन च खुशहाली ले ये आवा सूचना ते प्रसारण मंत्री अनुराग सिंह ठाकुर ने भी देशवासियों की मकर संक्रांति की मुबारकबाद दीती है ते गलाया जे यह त्यौहार लोगों के जीवन च खुशहाली नरोई सेहत ते सुख समृद्धि ले आऊगा ते खीर मुख मुख खबर एक बार परतीय ਰਾਸ਼ਟਰ ਅੱਜ ਸਸ਼ਸਤਰ ਬਲ ਸਾਬਕਾ ਸੈਨਿਕ ਦਿਵਸ ਮਨਾ ਕਰਤਾ ਹੈ ਇਸ ਮੌਕੇ ਪਰ ਮੁੱਖ ਰੱਖਿਆ ਅਧਿਕਸ਼ ਤੇ ਤਰੋਨੇ ਸੈਨਾਇ ਪਰ ਮੁਖੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਪਰ ਪੁਸ਼ਪਾਂਜਲੀ ਪੇਂਟ ਕੀਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੇ ਆਖਿਆ ਜੇ ਦੇਸ਼ ਦੀਆਂ ਸੀਮਾਵਾਂ ਦੇ ਸੁਰੱਖਿਤ ਹੋਣੇ ਕਰਨਗੇ ਦੇਸ਼ ਦਾ ਵਿਕਾਸ ਮੁਮਕਨ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੋਰੇ ਆਖਿਆ ਜੇ ਭਾਰਤ ਗਲੋਬਲ ਸਾਊਥ ਦੀ ਆਵਾਜ਼ ਤੇ ਕਾਰਵਾਈਆਂ ਕੀ ਕਰਨੇ ਲਈ ਹੈ ਆਪਣੇ ਯਤਨ ਕਰਨੇ ਇਸੇ ਸਾਬਤ ਕਰੋਗੇ ਤੇ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਨਵੀਆਂ ਕਾਢਾਂ ਤੇ ਸਟਾਰਟਅੱਪਸ ਗਿੜਾਵਾ ਦੇਣ ਲਈ ਜੀਓ ਸਪੈਸ਼ਲ ਹੈਕਥਨ ਦੀ ਸ਼ੁਰੂਆਤ ਕੀਤੀ ਇਹ ਦੇਖਣੇ ਕਿ ਇਸ ਪਹਿਲੇ ਐਬੋਲਿਟਨਸ ਮਾਪ ਤੋਂ ਆ